ਲੁਟੇਰਿਆਂ ਵੱਲੋਂ ਪ੍ਰਾਈਵੇਟ ਕਲੀਨਿਕ ਤੇ ਕੀਤਾ ਹਮਲਾ, ਡਾਕਟਰ ਨੂੰ ਮਾਰੀਆਂ ਗੋਲੀਆਂ, ਜਾਂਦੇ ਹੋਏ ਲਾਇਸੈਂਸੀ ਪਿਸਟਲ ਵੀ। ਘਟਨਾ ਦੇਰ ਰਾਤ ਬਟਾਲਾ ਨੇੜਲੇ ਅਰੰਗੜ ਨੰਗਲ ਦੀ ਹੈ, ਜਿੱਥੇ ਦੋ ਲੁਟੇਰਿਆਂ ਵੱਲੋਂ ਡਾਕਟਰ ਸਰਬਜੀਤ ਸਿੰਘ ਦੀ ਲੱਤ ਵਿੱਚ ਦੋ ਗੋਲੀਆਂ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪਿੰਡ ਵਿੱਚ ਹੀ ਪ੍ਰਾਈਵੇਟ ਕਲੀਨਿਕ ਚਲਾਉਂਦਾ ਹੈ। ਜ਼ਖਮੀ ਨੂੰ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਲੀਨਿਕ 'ਤੇ ਸੀ ਕਿ ਦੋ ਹਥਿਆਰਬੰਦ ਲੁਟੇਰੇ ਹੱਥ 'ਚ ਪਿਸਟਲ ਲੈ ਕੇ ਆਏ। ਉਸ ਨੂੰ ਧਮਕੀ ਦੇ ਕੇ ਕਿਹਾ ਕਿ ਅਗਰ ਉਸਨੇ ਆਪਣੀ ਜਾਨ ਬਚਾਉਣੀ ਹੈ ਤਾਂ ਜੋ ਕੁਝ ਵੀ ਉਸ ਕੋਲ ਹੈ ਉਹ ਉਸ ਨੂੰ ਦੇ ਦੇਵੇ। ਉਸਨੇ ਆਪਣੀ ਜਾਨ ਬਚਾਉਣ ਲਈ ਲੁਟੇਰਿਆਂ ਦਾ ਪਿਸਟਲ ਹੱਥ ਮਾਰ ਕੇ ਸਾਈਡ 'ਤੇ ਕੀਤਾ ਤਾਂ ਲੁਟੇਰਿਆਂ ਨੇ ਉਸ 'ਤੇ ਗੋਲੀਆਂ ਮਾਰ ਦਿੱਤੀਆਂ ਜੋ ਮੇਰੀ ਲੱਤ ਵਿੱਚ ਲੱਗੀਆਂ। ਜਦੋਂ ਉਸਨੇ ਆਪਣੀ ਲਾਇਸੈਂਸੀ ਪਿਸਟਲ ਨਾਲ ਗੋਲੀ ਚਲਾਉਣੀ ਚਾਹੀ ਤਾਂ ਲੁਟੇਰੇ ਉਸ ਦਾ ਪਿਸਟਲ ਖੋ ਕੇ ਫਰਾਰ ਹੋ ਗਏ। ਮੇਰਾ ਨਾਮ ਸਰਬਜੀਤ ਸਿੰਘ ਆ ਜੀ, ਮੈਂ ਪਿੰਡ ਨਾਨਕ ਨੰਗਲ ਦਾ ਰਹਿਣ ਵਾਲਾ। ਮੇਰੀ ਕਲੀਨਿਕ ਆ ਜੀ ਰੰਗੜ ਨੰਗਲ ਸਰਬ ਕਲੀਨਿਕ। ਮੈਂ ਰੋਜ਼ਾਨਾ ਰੂਟੀਨ ਦੀ ਤਰ੍ਹਾਂ ਅੱਜ ਵੀ ਆਪਣੀ ਕਲੀਨਿਕ 'ਤੇ ਪੇਸ਼ੈਂਟ ਚੈੱਕ ਕਰ ਰਿਹਾ ਸੀ। ਤਕਰੀਬਨ 7:30 ਦਾ ਟਾਈਮ ਸੀ ਸ਼ਾਮਾਂ ਦਾ, ਅਤੇ ਦੋ ਪਰਸਨ ਆਏ ਨੇ ਜਿਨ੍ਹਾਂ ਨੇ ਆਪਣੇ ਮੂੰਹ ਜਿਹੜੇ ਉਹ ਪਰਨਿਆਂ ਦੇ ਨਾਲ ਭੇਟੇ ਹੋਏ, ਸਿਰ ਵੀ ਕਵਰ ਕੀਤਾ ਹੋਇਆ ਸੀ। ਇੱਕ ਜਣਾ ਮੋਟਰਸਾਈਕਲ ਦੇ ਉੱਪਰ ਬੈਠਾ ਰਿਹਾ, ਮੋਟਰਸਾਈਕਲ ਸਟਾਰਟ ਕਰਕੇ ਇੱਕ ਜਣਾ ਅੰਦਰ ਆਇਆ, ਉਹਨੇ ਅੰਦਰ ਆਉਂਦਿਆਂ ਸਾਰੀ ਪਿਸਟਲ ਆਪਣਾ ਕੱਢਿਆ ਅਤੇ ਮੇਰੀ ਛਾਤੀ 'ਤੇ ਤਾਣਿਆ, ਅਤੇ ਛਾਤੀ 'ਤੇ ਤਾਣ ਕੇ ਮੈਨੂੰ ਕਹਿੰਦਾ ਜਿੱਥੇ ਖੜਾ ਤੂੰ ਉੱਥੇ ਖੜਾ ਰਹਿ, ਨਹੀਂ ਤਾਂ ਮੈਂ ਗੋਲੀ ਮਾਰ ਦਾਂਗਾ। ਜਦ ਮੈਂ ਉਹਦਾ ਪਿਸਟਲ ਜਿਹੜਾ ਹੱਥ ਨਾਲ ਸਾਈਡ 'ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨੇ ਫਾਇਰ ਕੀਤਾ ਜੋ ਕਿ ਮੇਰੀ ਪਿੰਨੀ ਦੇ ਵਿੱਚ ਵੱਜਿਆ। ਜਦ ਮੈਂ ਆਪਣਾ ਪਿਸਟਲ ਕੱਢ ਕੇ ਮੈਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਆ, ਉੰਨੀ ਦੇਰ ਨੂੰ ਉਹਨੇ ਦੂਸਰਾ ਫਾਇਰ ਕਰ ਦਿੱਤਾ ਜੋ ਮੇਰੇ ਪੱਟ ਦੇ ਵਿੱਚ ਵੱਜਿਆ, ਅਤੇ ਮੈਂ ਕਾਊਂਟਰ ਦੇ ਉੱਪਰ ਡਿੱਗ ਗਿਆ, ਜਿਸ ਦੇ ਨਾਲ ਹੀ ਮੇਰਾ ਪਿਸਟਲ ਵੀ ਕਾਊਂਟਰ 'ਤੇ ਡਿੱਗ ਗਿਆ ਅਤੇ ਮੇਰਾ ਪਿਸਟਲ ਚੱਕ ਕੇ ਅਤੇ ਦੋਨੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਜ ਗਏ ਨੇ। ਜੋ ਕਿ ਰੰਗੜ ਨੰਗਲ ਦੇ ਹਾਲਾਤ ਬਹੁਤ ਮਾੜੇ ਨੇ, ਇੱਥੇ ਨਵੇਂ ਦਿਨ ਕੋਈ ਨਾ ਕੋਈ ਵਾਰਦਾਤ ਹੁੰਦੀ ਰਹਿੰਦੀ ਆ। ਜੋ ਕਿ ਇੱਥੇ ਜੋ ਨਾਕਾ ਹੈ ਬਹੁਤ ਜ਼ਰੂਰੀ ਹੈ, ਇੱਥੇ ਪੱਕਾ ਨਾਕਾ ਲੱਗਣਾ ਚਾਹੀਦਾ। ਰੰਗੜ ਨੰਗਲ ਦੇ ਵਿੱਚ ਕਿਸੇ ਦੀ ਵੀ ਜਾਨ ਜਿਹੜੀ ਆ ਉਹ ਮਤਲਬ ਨਹੀਂ ਹੈਗੀ, ਸੇਫ ਨਹੀਂ ਹੈਗੀ। ਅਤੇ ਮੈਂ ਦਰਖਾਸਤ ਕਰਦਾ ਕਿ ਇੱਥੇ ਰੰਗੜ ਨੰਗਲ ਪੱਕਾ ਨਾਕਾ ਲਾਇਆ ਜਾਵੇ ਅਤੇ ਮੈਨੂੰ ਇਨਸਾਫ ਦਵਾਇਆ ਜਾਵੇ। ਮੇਰੇ ਕੋਲ ਜੋ ਪਿਸਟਲ ਸੀ ਉਹ ਮੇਰਾ ਲਾਇਸੈਂਸੀ ਪਿਸਟਲ ਹੈ ਜੀ। ਉਹਨਾਂ ਨੇ ਪਿਸਟਲ ਨਾਲ ਹੀ ਫਾਇਰ ਕੀਤੇ ਜੀ, ਦੋ ਫਾਇਰ ਕੀਤੇ ਆ ਮੇਰੇ ਉੱਪਰ। ਹਾਂਜੀ, ਵੀਡੀਓ ਲਾਗੇ ਕੈਮਰੇ ਲੱਗੇ ਹੋਏ ਨੇ। ਉਹ ਪੁਲਿਸ ਮੁਲਾਜ਼ਮ ਜੋ DSP ਸਾਹਿਬ, SHO ਸਾਹਿਬ ਸਾਰੇ ਮੁਲਾਜ਼ਮ ਗਏ ਨੇ, ਉੱਥੇ ਚੈੱਕ ਕਰਦੇ ਪਏ ਨੇ। ਕੁਛ ਨਾ ਕੁਛ ਤਾਂ ਉਹਨਾਂ ਦੇ ਫੁਟੇਜ ਜਿਹੜੀ ਆ ਉਹ ਹੱਥ ਜ਼ਰੂਰ ਲੱਗੇਗੀ। ਮੇਰਾ ਕਿਸੇ ਨਾਲ ਕੋਈ ਝਗੜਾ, ਕੋਈ ਵੈਰ ਵਿਰੋਧ ਨਹੀਂ ਹੈ ਜੀ। ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਅਤੇ ਮੇਰਾ ਜੋ ਪਿਸਟਲ ਜਿਹੜਾ ਉਹ ਖੋ ਕੇ ਲੈ ਕੇ ਗਏ ਨੇ, ਮੇਰਾ ਪਿਸਟਲ ਮੈਨੂੰ ਇਹ ਜਿਹੜੇ ਅਨਸਰ ਨੇ ਇਹਨਾਂ ਨੂੰ ਲੱਭ ਕੇ ਅਤੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਮੇਰਾ ਜਿਹੜਾ ਪਿਸਟਲ ਆ ਮੈਨੂੰ ਵਾਪਸ ਕੀਤਾ ਜਾਵੇ। ਮੇਰਾ ਨਾਂ ਰਣਜੀਤ ਸਿੰਘ ਹੈ, ਨਾਨਕ ਨੰਗਲ ਜੀ। ਮੇਰਾ ਬ੍ਰਦਰ ਛੋਟਾ। ਹਾਂਜੀ, ਮੈਂ ਅੰਮ੍ਰਿਤਸਰ ਗਿਆ ਹਾਂ ਜੀ। ਮੇਰੇ ਉਹ ਰਿਸ਼ਤੇਦਾਰ ਸੀ, ਉਹ ਮਤਲਬ ਮੇਰੇ ਸਾਸੀ ਆ, ਅਤੇ ਉਹਨਾਂ ਦੀ ਡੈਥ ਹੋ ਗਈ, ਉਹਨਾਂ ਦਾ ਚੌਥਾ। ਉੱਥੇ ਗਿਆ ਹਾਂ, ਉੱਥੋਂ ਫਿਰ ਮੁੜ ਕੇ ਮੈਂ ਮਟਰਾਂ ਦਾ ਬੀਜ ਲੈਣ ਚਲ ਗਿਆ ਅਤੇ ਬੀਜ ਲੈ ਗਿਆ, ਲੇਟ ਹੋ ਗਿਆ। ਫਿਰ ਉਹ ਆਖਣ ਲੱਗੇ ਵੀ ਰਹਿ ਪਓ, ਸਵੇਰੇ ਚਲ ਜੀ। ਰੋਟੀ ਖਾਣ ਡਿਆ ਤਾਂ ਮੈਨੂੰ ਫੋਨ ਚਲ ਗਿਆ ਪਿੰਡੋਂ ਅਤੇ ਤੂੰ ਕਿੱਥੇ ਆ, ਮੈਂ ਕਿਉਂ ਕੀ ਗੱਲ ਹੋਈ। ਅਤੇ ਇੱਦਾਂ ਇੱਦਾਂ ਤੁਹਾਡੇ ਡਾਕਟਰ ਨੂੰ ਦੁਕਾਨ 'ਚ ਗੋਲੀਆਂ ਮਾਰ ਗਏ, ਮੈਂ ਫਿਰ ਉੱਥੋਂ ਉਸੇ ਵੇਲੇ ਭੱਜ ਆਇਆ ਸਭ ਕੁਛ ਛੱਡ ਕੇ। ਅਤੇ ਮੁੜ ਕੇ ਮੈਂ ਪੁੱਛਿਆ ਫਿਰ ਵੀ ਮੈਂ ਕਿੱਥੇ ਲੈ ਕੇ ਗਏ, ਕਿਤੇ ਕਿੱਥੇ ਖੜਿਆ। ਅਸੀਂ ਬਟਾਲੇ ਲੈ ਗਿਆ ਜੌਲ ਦੇ, ਮੁੜ ਕੇ ਮੈਂ ਇੱਥੇ ਆ, ਮੇਰੇ ਆਉਂਦਿਆਂ ਨੂੰ ਇੱਥੇ ਪ੍ਰਸ਼ਨ ਹੋਣ ਡਿਆ, ਗੋਲੀ ਕੱਢਣ ਡਏ। ਬਸ ਇੰਨਾ ਜੀ। ਹਾਂਜੀ, ਹੋਣ ਡਈਆਂ ਬਹੁਤ ਹੋਈਆਂ, ਇਕੱਲੀਆਂ ਰੰਗੜ ਨੰਗਲ 'ਚ ਨਹੀਂ, ਕਿੱਥੇ ਕਿੱਥੇ ਨਹੀਂ ਹੋਣ ਡਈਆਂ। ਇਹ ਪੁੱਛੋ ਵੀ ਕਿੱਥੇ ਕਿੱਥੇ ਨਹੀਂ ਹੋਣੀਆਂ, ਹਰ ਜਗ੍ਹਾ ਹੀ ਹੋਣ ਡਈਆਂ। ਅਤੇ ਸਰਕਾਰ ਨੂੰ ਚਾਹੀਦਾ ਇਹਦੇ ਉੱਤੇ ਕੋਈ ਨਾ ਕੋਈ ਕੰਟਰੋਲ ਕਰਨਾ, ਕੋਈ ਗਸ਼ਤੀ ਟੁਕੜੀਆਂ ਲਾਉਣ ਜਿਹੜੀਆਂ ਗਸ਼ਤ ਕਰਨ ਹਰ ਵਸਤ ਰੋਡਾਂ 'ਤੇ, ਕੋਈ ਐਨ ਕੋਈ ਉਹਨੂੰ ਜਾਵੇ ਪਤਾ ਲੱਗੇ ਜਿਹੜੇ ਕੋਈ ਕਰਦੇ ਵਾਰ ਦਿੱਤਾ ਵੀ ਡਰਨ। ਪੁਲਿਸ ਫਿਰ ਰਹੀ ਆ ਅਤੇ ਕੋਈ ਇਹਨਾਂ 'ਤੇ ਕੰਟਰੋਲ ਕੀਤਾ ਜਾਵੇ ਜਾਂ ਉਹ ਡਰਦੇ ਕੋਈ ਵਾਰਦਾਤ ਨਾ ਕਰ ਸਕਣ, ਉਹਨਾਂ ਨੂੰ ਮੌਕਾ ਨਾ ਦੇਵੇ ਪੁਲਿਸ ਇਹਨਾਂ। ਇਹ ਤਾਂ ਸਰਕਾਰ ਦੇ ਹੱਥ 'ਚ ਆ ਨਾ, ਅਸੀਂ ਤਾਂ ਸਰਕਾਰ ਦੀ ਹੁਣ ਗੱਲ ਹੀ ਸਮਝਾਂਗੇ। ਸਾਡੇ ਕੋਲ
अजय इनफॉर्मेशन आई इस जौल हॉस्पिटल तो कि कोई अपना सरबजीत सिंह सरबजीत सानू कुन्नन सिंह नाम का अपना पासी नानक नंगल का गोली लगने के दाखिल होया वा जो ये तलाब मिलते अं इस अस्पताल आए हैं उन्हें बयान ले रहे हैं जो बयान होएगा वो मुताबिक आप अगली कार्रवाई करा जो साढ़े हूँ पहली इनफॉर्मेशन सू मिली है जो नेशनल शुरू चाहे मुताबिक दो फायर लगे खब्बी लाते बाकी ये को पुछते हैं कि ये किमें कांड होया वो मुताबिक आप अगली कार्रवाई जी कर क्लीनिक उसे अड्डा रंगन नंगल सर्व क्लीनिक ना ना का कोई क्लीनिक आ उ मतलब अपने मैडिकल प्रैक्टिस करता तो उतों का एक कांड सानू दो दस रहे है। दो मुन्ने नौजवान उन्होंने मूँह अपने ढके से परने नाल तो मोटरसाइकिल से आए हैं तो साढ़े सत्त बजे की कोई वारदात दस दे ये यहो जी कोई गल बयान लेने की मैं सोचा भी कोई पिस्टल लसेंसी है बत्ती पुर का वो खोह के लै गए मतलब दो मतलब सू इनिशियल इन्हें दसिया भी थोड़ा भी अपना भी ये अपने बचाव लिए क्या तो वो मुड़ के फायर करके खोह के लै गए नहीं झगड़े बारे कोई गल सामने नहीं आई बाकी इन्वेस्टिगेशन देखा भी किस कारण करके जो वारदात हुई है अगर बयान लै रहे हैं कि सू जिनी इनफॉर्मेशन दसी है अपने वो मुताबिक तुम दस रहे हैं अगर इन्वेस्टिगेशन देखा भी की है असली गल की है ये दसन मुताबिक ही है हाँ वही है वो भी रंगन निकल देखते हो इन्वेस्टिगेशन चल रही है अगर देखते हैं की है तो जो की तथ्य सामने आते हैं वो अलग एक केस दर्ज होया वा ये अलग आ दोनों इन्वेस्टिगेशन चल रही है जिदा के हालात आने उस मुताबिक कार्रवाई करा।